ਕਿ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਬਰਸਾਤੀ ਮੌਸਮ ਚੱਲ ਰਿਹਾ ਹੈ, ਅਜਿਹੇ ਦੇ ਵਿੱਚ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਵੱਧ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਸੁਚੇਤ ਕਰ ਰਹੀਆਂ ਨੇ ਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਤੇ ਪਾਣੀ ਨਾ ਜਮ੍ਹਾਂ ਹੋਣ ਦੀਆਂ ਹਦਾਇਤਾਂ ਕਰ ਰਹੀਆਂ ਨੇ। ਲੇਕਿਨ ਹੱਦ ਤਾਂ ਹੋ ਰਹੀ ਹੈ ਕਿ ਲੋਕਾਂ ਦੇ ਨਾਲ ਨਾਲ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਤਸਵੀਰਾਂ ਨੇ ਹੁਸ਼ਿਆਰਪੁਰ ਦੀ ਪੁਲਿਸ ਲਾਈਨ ਦੀਆਂ, ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਦ ਚੈਕਿੰਗ ਕੀਤੀ ਗਈ ਤਾਂ ਕੁਆਟਰਾਂ ਦੇ ਵਿੱਚ ਲੱਗੇ ਕੂਲਰ ਅਤੇ ਜਾਨਵਰਾਂ ਦੇ ਪੀਣ ਵਾਲੇ ਪਾਣੀ ਦੇ ਭਾਂਡਿਆਂ ਦੇ ਵਿੱਚ ਡੇਂਗੂ ਮੱਛਰ ਦੇ ਲਾਰਵੇ ਦੀ ਭਰਮਾਰ ਪਾਈ ਗਈ। ਮਾਮਲਾ ਗੰਭੀਰ ਤਾਂ ਵੀ ਹੋ ਜਾਂਦਾ ਹੈ ਕਿਉਂਕਿ ਇੰਨੀ ਦਿਨੀ ਪੁਲਿਸ ਲਾਈਨ ਦੀ ਗਰਾਊਂਡ ਵਿੱਚ ਸੈਂਕੜਿਆਂ ਦੇ ਹਿਸਾਬ ਨਾਲ ਸਕੂਲੀ ਬੱਚੇ 15 ਅਗਸਤ ਦੀ ਤਿਆਰੀ ਕਰਨ ਦੇ ਲਈ ਆ ਰਹੇ ਨੇ ਤੇ ਜੇਕਰ ਬੱਚਿਆਂ ਨੂੰ ਡੇਂਗੂ ਦਾ ਮੱਛਰ ਲੜ ਗਿਆ ਤਾਂ ਸ਼ਹਿਰ ਦੇ ਵਿੱਚ ਵੱਡੀ ਪੱਧਰ ਤੇ ਬਿਮਾਰੀ ਫੈਲ ਸਕਦੀ ਹੈ। ਚੈਕਿੰਗ ਕਰ ਰਹੀਆਂ ਟੀਮਾਂ ਅਸਿਸਟੈਂਟ ਮਲੇਰੀਆ ਅਫਸਰ ਤੇ ਹੈਲਥ ਇੰਸਪੈਕਟਰ ਬਸੰਤ ਕੁਮਾਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਫਿਰ ਤੋਂ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਨੇ ਸਾਨੂੰ ਕਿ ਅੱਜ ਦੀ ਨਾ ਅੱਜ ਦੇ 9 ਤਰੀਕ ਨੂੰ ਆਪਾਂ ਸਾਰੀ ਪੁੱਤਾਂ ਚੈੱਕ ਕਰਨੀਆਂ। ਸਾਡੇ ਮਾਨਯੋਗ ਸਿਫਤਰ ਸਾਹਿਬ ਡਾਕਟਰ ਜਗਮ ਸਿੰਘ ਦਮਾਣਾ ਜੀ ਅਤੇ ਸਾਡੇ ਡਾਕਟਰ ਜਗਦੀਪ ਐਪੀਡੋਨਸ, ਫਿਰ ਉਹਨਾਂ ਦੇ ਜਿਹੜੇ ਤਾਲਮੇਲ ਦੇ ਨਾਲ ਹੁਕਮਾਂ ਸਦਕ ਅਸੀਂ ਅੱਜ ਇੱਥੇ ਪੁਲਿਸ ਲਾਈਨ ਪਹੁੰਚੇ ਹਾਂ। ਅੱਜ ਸਾਰੀ ਪੁਲਿਸ ਲਾਈਨ ਚੈੱਕ ਕੀਤੀ ਆ ਅਤੇ ਸਾਨੂੰ ਜਿੱਥੇ ਜਿੱਥੇ ਵੀ ਕੋਈ ਲਾਰਵਾ ਮਿਲਿਆ ਵਾ ਅਸੀਂ ਉਹਨਾਂ ਨੂੰ ਡਿਸਚਾਰਜ ਕੀਤਾ। ਅਤੇ ਕਿੰਨਾ ਕੁ ਲਾਰਵਾ ਮਿਲਿਆ ਸਰ ਪੁਲਿਸ ਲਾਈਨ ਦੇ ਵਿੱਚ? ਲਾਰਵਾ ਸਾਨੂੰ ਕਾਫੀ ਹੱਥ ਮਿਲਿਆ ਜੀ, ਕੋਈ ਨੀਅਰ ਅਬਾਊਟ ਕੋਈ 8-9 ਸਾਈਟਸ ਹੈਗੀਆਂ ਜਿਸ ਸਾਨੂੰ ਲਾਰਵਾ ਮਿਲਿਆ, ਅਸੀਂ ਮੌਕੇ 'ਤੇ ਉਹਨੂੰ ਆ ਕੇ ਡਿਸਚਾਰਜ ਕਰ ਦਿੱਤਾ। ਸਰ ਜਦਕਿ ਪੁਲਿਸ ਮਹਿਕਮਾ ਜਿਹੜਾ ਬਹੁਤ ਪੜ੍ਹਿਆ ਲਿਖਿਆ ਮਹਿਕਮਾ, ਸਾਰਿਆਂ ਨੂੰ ਜਾਣਕਾਰੀ ਆ, ਫਿਰ ਵੀ ਇਹਦੇ ਬਾਵਜੂਦ ਵੀ ਇੱਥੋਂ ਲਾਰਵਾ ਮਿਲਣਾ, ਇਹ ਕੋਈ ਵਧੀਆ ਗੱਲ ਲੱਗੀ? ਨਹੀਂ ਦੇਖੋ ਜੀ, ਇਹਦੇ 'ਚ ਇੱਕ ਗੱਲ ਮੰਨੀ ਜਾਊਗੀ ਵੀ ਇਹ ਜਾਗਰੂਕਤਾ ਦੀ ਘਾਟ ਆ, ਅਵੇਅਰਨੈਸ ਦੀ ਘਾਟ ਆ। ਜੇ ਅਵੇਅਰਨੈਸ ਹੋਊਗੀ ਤਾਂ ਇਹਦੇ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ, ਕਿਉਂਕਿ ਅੱਜ ਅਸੀਂ ਲੋਕਾਂ ਨੂੰ ਸਾਰਿਆਂ ਨੇ ਘਰ ਜਾ ਕੇ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਵਾ ਭਾਈ ਆਪਣੀਆਂ ਜੇ ਸੁੱਜਾਂ ਫਿਰਦੇ ਪਿੱਛੇ ਲੱਗੀ ਟਰੇ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਚ ਕਰਨਾ, ਹਫ਼ਤੇ 'ਚ 2-3 ਵਾਰ ਉਹਨੂੰ ਆਪਾਂ ਸਾਫ਼ ਕਰਨਾ, ਕੂਲਰ 'ਚ ਪਾਣੀ ਆਪਾਂ 2 ਦਿਨ ਬਾਅਦ ਭਰਨਾ, ਉਹਨੂੰ ਖਾਲੀ ਕਰਨਾ। ਠੀਕ ਹੈ ਜੀ, ਇਹ ਸਾਰੀਆਂ ਅੱਜ ਕਲਾਸਾਂ ਹੈਗੀਆਂ ਟੁੱਟੀਆਂ, ਕੋਈ ਆਪਣੇ ਜੇ ਘਰੇ ਜਿਵੇਂ ਇਹਨਾਂ ਕੋਲ ਗਮਲੇ ਪਏ ਆ ਜੀ ਜਾਂ ਟੁੱਟੇ ਕੋਈ ਕੰਟੇਨਰ ਪਏ ਆ, ਉਹ ਸਾਰੇ ਹੀ ਚੈੱਕ ਕੀਤੇ। ਸਰ ਜੇ ਮੰਨ ਲਓ ਕੱਲ੍ਹ ਇਹਨਾਂ ਦੇ ਕਿਸੇ ਲਾਰਵਾ ਮਿਲ ਜਾਂਦਾ ਤਾਂ ਉੱਤੇ ਕੋਈ ਤੁਸੀਂ ਉੱਤੇ ਕੋਈ ਉਹਨੂੰ ਦੰਡ ਵੀ ਦਿੰਦੇ ਹੋ ਜੇ ਨਹੀਂ ਲੋਕ ਇਹ ਮੰਨਦੇ? ਬਿਲਕੁਲ ਦੰਡ ਦਿੰਦੇ ਜੀ ਸਾਨੂੰ, ਉਹਦੇ 'ਚ ਫਿਰ ਅਸੀਂ ਉਹਨਾਂ ਦਾ ਬਚੇਰਾ ਚਲਾਨ ਹੁੰਦਾ ਜੀ। ਉਹ ਕਿਸ ਤਰੀਕੇ ਨਾਲ ਚਲਾਨ ਕਰਦੇ? ਚਲਾਨ ਕਰੇ ਜੋ ਕੋਈ ਲਾਰਵਾ ਮਿਲੇਗਾ ਸਹੀ, ਫਿਰ ਅਸੀਂ ਆਪਣਾ ਕਾਰਪੋਰੇਸ਼ਨ ਨੂੰ ਅਸੀਂ ਇੰਟੀਮੇਟ ਕਰਦੇ ਹਾਂ, ਉਹ ਆ ਕੇ ਫਿਰ ਇਹਨਾਂ ਦਾ ਚਲਾਨ ਕਰਦੇ ਜੀ। ਚਲਾਨ ਆਨਲਾਈਨ ਵੀ ਹੋ ਜਾਂਦਾ ਜੀ ਅਤੇ ਘਰ ਆ ਕੇ ਵੀ ਕਰਦੇ ਜੀ।